ਹੈਲੋ ਵੈਲਕਮ ਟੂ ਬਾਈ ਸਾਈ ਓ ਗੁਰੂ ਸਾਰੇ ਘੈਂਟ ਹੋ ਗਏ ਤੇ ਆਪਾਂ ਵੀ ਪੂਰੇ ਘੈਂਟ ਲੱਗਾ ਇਸ ਪਹਿਲਾਂ ਜਾਣਾ ਆਪਾਂ ਖੇਤ ਰੋਟੀ ਬਣਾਉਣ ਸਪਰੇ ਕਰੀ ਜਾਂਦੇ ਡੈਡੀ ਵਾਰੀ ਖੇਤ ਅਤੇ ਰੋਟੀ ਫੜਾ ਕੇ ਫਿਰ ਜਾਣਾ ਆਪਾਂ ਬਾਬਾ ਫਰੀਦ ਇੱਕ ਆਪਾਂ ਪ੍ਰਿੰਸੀਪਲ ਨੂੰ ਲੈ ਕੇ ਜਾਣਾ ਨਾਲ ਅਤੇ ਇੱਕ ਮੁੰਡਾ ਹੋਰ ਹੈ ਵੀ ਆ ਕੇ ਫਿਰ ਮੱਥਾ ਟੇਕ ਕੇ ਆਉਣੇ ਬਾਬਾ ਫਰੀਦ ਜਾਣਗੇ ਅਤੇ ਦਰਸ਼ਨ ਕਰਾਉਣੇ ਆ ਤੁਹਾਨੂੰ ਵੀ ਅਤੇ ਚੱਲ ਬਾਈ ਆਪਾਂ ਚੱਲਦੇ ਖੇਤ ਰੋਟੀ ਫੜਾਉਣ ਇੱਥੋਂ ਰੋਟੀ ਫੜਾ ਕੇ ਅਤੇ ਫਿਰ ਚੱਲਦੇ ਬਾਬਾ ਫਰੀਦ ਆਏ ਬਈ ਭਾਂਡੇ ਭੁੰਡੇ ਟੰਗੇ ਹੋਏ ਆ ਠੀਕ ਹੈ ਜੀ ਰੋਟੀਆਂ ਫੜਾ ਕੇ ਆ ਗਏ ਸੀਗੇ ਖੇਤ ਉੱਧਰ ਅਤੇ ਇੱਕ ਮੋਟਰ ਬੰਦ ਕਰਨੀ ਆਪਾਂ ਮੋਟਰ ਬੰਦ ਕਰ ਦਈਏ ਉਹ ਖਾਲ 'ਚ ਪਾਣੀ ਛੱਡਿਆ ਸੀ ਯਾਰ ਸਪਰੇ ਲਈ ਅਤੇ ਉੱਥੋਂ ਫਿਰ ਸੌਖਾ ਖਾਲ 'ਚ ਪਾਉਣਾ ਰੰਮੀਆਂ 'ਚ ਪਾਣੀ ਮੋਟਰ ਛੱਡੀ ਸੀਗੀ ਅਤੇ ਮੋਟਰ ਬੰਦ ਕਰਦੇ ਹਾਂ ਖਾਲ 'ਚ ਵਾਹਵਾ ਹੋ ਗਿਆ ਪਾਣੀ ਅਤੇ ਮੋਟਰ ਬੰਦ ਕਰਕੇ ਅਤੇ ਰੋਟੀ ਖਵਾ ਕੇ ਉਹਨਾਂ ਨੂੰ ਭਾਂਡੇ ਚੱਕ ਕੇ ਫਿਰ ਚੱਲਦੇ ਹਾਂ ਘਰੇ ਘਰੇ ਫਿਰ ਤਿਆਰ ਤਿਉਰ ਹੋ ਕੇ ਅਤੇ ਚੱਲਦੇ ਹਾਂ ਬਾਬਾ ਫਰੀਦ ਅਤੇ ਪ੍ਰਿੰਸੀਪਲ ਨੂੰ ਵੀ ਕਿਹਾ ਪਿਆ ਉਹਨੂੰ ਫਿਰ ਚੱਲਦੇ ਹਾਂ ਉਹ ਕਹਿੰਦਾ ਜੀ ਬਸ ਮੈਂ 10-15 ਮਿੰਟਾਂ 'ਚ ਤਿਆਰ ਹੋ ਜੂੰਗਾ ਬਾਈ ਅਤੇ ਮੋਟਰ ਬੰਦ ਕਰ ਦਈਏ ਵੇਖੋ ਜੀ ਲਓ ਜੀ ਬੰਦ ਹੋ ਗਈ ਮੋਟਰ ਤਾਂ ਆਪਾਂ ਮੋਟਰ ਬੰਦ ਕਰਕੇ ਆ ਗਏ ਸੀਗੇ ਉੱਥੋਂ ਅਤੇ ਚੱਲਦਾ ਫਿਰ ਉਹਨਾਂ ਵੱਲ ਅਤੇ ਭਾਂਡੇ ਭੁੰਡੇ ਚੱਕ ਕੇ ਲਿਆਉਣੇ ਆ ਬਾਈ ਫਿਰ ਚੱਲਦੇ ਹਾਂ ਬਾਬਾ ਫਰੀਦ ਭਾਂਡੇ ਚੱਕ ਲੈ ਗਏ ਯਾਰ ਰੋਟੀ ਖਾਈ ਜਾਂਦੇ ਹੋਣੇ ਆ ਉਹ ਚੱਲ ਵੀ ਖਾਲ 'ਚ ਪਾਣੀ ਛੱਡਿਆ ਸੀਗਾ ਉਹ ਉੱਧਰੋਂ ਐਂ ਖਾੜੂ ਖਾਲੀ ਉਹ ਆਪਣੇ ਡਿੱਗੀ ਕੋਲੇ ਪਹੁੰਚ ਜਾਂਦਾ ਬੋਰ ਕੋਲੇ ਅੱਜ ਸਪਰੇ ਕਰਦੇ ਸੀ ਆ 4 ਕਿੱਲਿਆਂ 'ਚ ਇਹ ਆਪਣਾ ਆਪਦਾ ਟਾਕੀ ਹੈ 4 ਕਿੱਲਿਆਂ ਦਾ ਇੱਧਰ ਲਿਆ ਸਾਰਾ ਉੱਥੋਂ ਤੀਕਰ ਜਿੱਥੋਂ ਤੀਕਰ ਜਿਹਦਾ ਸਾਨੂੰ ਸਾਰਾ ਸਾਡੇ ਕੋਲ ਠੀਕ ਹੀ ਆ 4 ਕਿੱਲੇ ਆ ਇਹ 'ਚ ਕਰ ਸਪਰੇ ਬਈ ਪਹੁੰਚ ਗਏ ਉੱਧਰ ਰੋਟੀ ਖਾਈ ਜਾਂਦੇ ਹੋਣੇ ਬਈ ਡੈਡੀ ਹੋਣੀ ਤਾਂ ਰੋਟੀ ਖਾਈ ਜਾਂਦੇ ਆ ਅਤੇ ਬਸ ਚੱਲਦੇ ਹਾਂ ਫਿਰ ਖਾ ਲੈਣ ਦਿਓ ਰੋਟੀ ਆ ਕੇ ਤੇ ਆ ਗਏ ਸੀਗੇ ਆ ਵੀ ਭਾਂਡੇ ਵੀ ਚੱਕ ਲਿਆਂਦੇ ਹੁਣ ਜਾ ਕੇ ਆਪਾਂ ਪਹਿਲੇ ਜਾਂਦੇ ਪ੍ਰਿੰਸੀਪਲ ਕੋਲੇ ਠੀਕ ਹੈ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਕਿਵੇਂ ਆ ਤਿਆਰੀ ਤੁਸੀਂ ਵੱਟੀ ਆ ਕਿ ਨਹੀਂ ਅਤੇ ਫਿਰ ਮੈਂ ਵੀ ਯਾਰ ਤਿਆਰ ਹੋਣਾ ਜਾ ਕੇ ਅਤੇ ਉਹਦੇ ਕੋਲੇ ਪ੍ਰਿੰਸੀਪਲ ਕੋਲੇ ਚੱਲੇ ਹਾਂ ਹੁਣ ਮਿਲਦੇ ਹਾਂ ਆਪਾਂ ਜਾ ਕੇ ਹੁਣ ਕਿਆ ਪ੍ਰਿੰਸੀਪਲ ਕੋਲੇ ਆ ਗਏ ਸੀਗੇ ਲਓ ਜੀ ਹੋ ਗਿਆ ਤਿਆਰ ਹੋਰ ਹੁਣ ਕਿੰਨੇ ਕੁ ਟਾਈਮ ਲਾਊਂਗਾ ਤੂੰ ਦੱਸ ਤੂੰ ਨਹੀਂ ਮੈਂ ਤਾਂ ਹੋ ਗਿਆ ਮੈਂ ਨਹਾਤਾ ਮੈਂ ਤੜਕੇ ਤੇ ਅੱਧੇ ਘੰਟੇ ਹੁਣ ਮੈਂ ਜਾ ਕੇ ਤਿਆਰ ਹੋ ਜਾ ਠੀਕ ਹੈ ਅਤੇ ਹੋਰ ਉਹਨੇ ਜਸ਼ਨ ਵੀ ਜਾਣਾ ਬੱਸ 'ਤੇ ਇੱਥੋਂ ਕਾਹ 'ਤੇ ਜਾਣਾ ਤੂੰ ਵੇ ਜਾਮਾ ਲੈ ਚੱਲਦੇ ਗਾਈਸ ਆ ਗਏ ਸੀਗੇ ਘਰੇ ਰੋਟੀ ਰੋਟੀ ਫੜਾ ਕੇ ਤਿਆਰ ਹੋ ਗਿਆ ਸੀਗੇ ਅਤੇ ਫਿਰ ਚੱਲਦੇ ਹਾਂਜੀ ਨਾ ਨੂੰ ਕਿ ਤਿਆਰ ਹੋ ਗਏ ਸੀਗੇ ਅਤੇ ਵੱਟ ਰਹੀਆਂ ਫਲ ਦੇ ਰਹੀਆਂ ਅਤੇ ਆਪਾਂ ਜਾਂਦੇ ਹਾਂ ਪ੍ਰਿੰਸੀਪਲ ਕੋਲ ਜਾ ਕੇ ਉੱਥੇ ਅਤੇ ਫਿਰ ਆਪਾਂ ਸਰੈਣਾ ਕੇ ਜਾਵਾਂਗੇ ਸਰੈਣਾ ਤੋਂ ਅਤੇ ਆਪਾਂ ਲਵਾਂਗੇ ਕੋਟ ਦੀ ਬੱਸ ਕੋਟੋ ਫਰੀਦਕੋਟ ਜਾਵਾਂਗੇ ਅਤੇ ਬਾਬਾ ਫਰੀਦ ਤੁਹਾਨੂੰ ਦਰਸ਼ਨ ਕਰਾਵਾਂਗੇ ਚੱਲਦੇ ਹਾਂ ਫਿਰ ਬਾਬਾ ਫਰੀਦ ਅਤੇ ਪ੍ਰਿੰਸੀਪਲ ਆਉਂਦਾ ਹੀ ਹੋਊਗਾ ਅਤੇ ਮਿਲਾਉਣੇ ਉਹਦੇ ਨਾਲ ਵੀ ਟੱਬਰ ਦਾ ਮੈਨੂੰ ਫੋਨ ਹੀ ਲਾਉਣਾ ਪਊਗਾ ਲੇਟ ਹੀ ਬਹੁਤ ਹੋ ਗਿਆ ਤੂੰ ਯਸ਼ ਨੂੰ ਵੀ ਲੈ ਕੇ ਜਾਣਾ ਬਾਈ ਹੁਣ ਤੂੰ ਵੀ ਆ ਜਾ ਬਾਈ ਅੱਧਾ ਘੰਟੇ ਨੂੰ ਕਹੀ ਚੱਲੇ ਫਿਰ ਬਾਈ ਸਰੈਣਾ ਵਾਲੀ ਸੜਕ ਤੇ ਆ ਗਏ ਪ੍ਰਿੰਸੀਪਲ ਖਿੱਚ ਦੇ ਲੇਟ ਬਹੁਤ ਹੈ ਟਾਈਮ ਵੀ ਬਾਈ 12 ਵੱਜ ਗਏ ਤੜਕੇ ਤੇ ਤਿਆਰ ਹੁੰਦੇ 12 ਵਜਾ ਦੇ ਤੇ ਚੱਲਦੇ ਸਰੈਣਾ ਆ ਗਏ ਸੀਗੇ ਮੋਟਰਸਾਈਕਲ ਲਾਦਾ ਬੱਸ ਸਟੈਂਡ ਤੇ ਅਤੇ ਪਰਚੀ ਕੱਢ ਦਾ ਬਾਈ ਕੱਢ ਦੋ ਬਾਈ ਕਿ ਬਸ ਕੋਈ ਚੱਕਰ ਨਹੀਂ ਠੀਕ ਹੈ ਲੈ ਗਿਆ ਫਿਰ ਬਸ ਚਲੋ ਫਿਰ ਉੱਧਰਲੀ ਸਾਈਡ ਜਾਣਾ ਪੈਣਾ ਆਪਾਂ ਬਸ ਆਈ ਨਾ ਪ੍ਰਿੰਸੀਪਲ 10 ਮਿੰਟ ਹੋ ਗਏ ਆਈ ਨਹੀਂ ਆ ਗਈ ਬਸ
ਹੁਣ ਆਈ ਨਹੀਂ ਪਤਾ ਕਿੱਥੋਂ ਦੀ ਇਹ ਹੈ ਨਾ, ਵੇਖ ਤੋਂ ਪਤਾ ਲੱਗੂਗਾ। ਗਾਈਸ ਫਾਈਨਲੀ ਫਰੀਦਕੋਟ ਵਾਲੀ ਸਿੱਧੀ ਬੱਸ ਮਿਲ ਗਈ ਬਈ, ਕੋਟ ਉਤਰਨ ਦੀ ਵੀ ਨਹੀਂ ਲੋੜ, ਸਿੱਧਾ ਫਰੀਦਕੋਟ। ਅਤੇ ਜੋੜੇ ਲਾ ਦੇ ਸੀਗੇ, ਆ ਜਾਓ ਬਈ, ਦਰਸ਼ਨ ਕਰਾਈਏ ਕਰੀਏ। ਪਹੁੰਚ ਗਏ ਬਈ ਬਾਬਾ ਫਰੀਦ, ਹੈ ਨਾ, ਚੱਲ ਗਏ, ਚਲੋ ਹਾਂ ਤੇ ਲੈ ਲਾ ਫਿਰ ਗੱਲ ਜਾ। ਪ੍ਰਸ਼ਾਦ ਵੀ ਕੱਢ ਲੈਣਾ, ਤੂੰ ਤਾਂ ਦੋ ਥਾਈ ਚੜਾਉਣਾ ਨਾ। ਗਾਈਸ ਪਹੁੰਚ ਗਈ ਬਾਬਾ ਫਰੀਦ, ਕਰੋ ਦਰਸ਼ਨ। ਕਿਉਂ ਪ੍ਰਿਤਪਾਲ, ਹੋਰ ਜੀ ਟੇਕ ਲਿਆ ਬਈ ਸਾਰੇ ਕਿਤੇ, ਤੇ ਹੁਣ ਚੱਲੇ ਜੋੜੇ ਚੱਕ ਕੇ ਤੇ ਫਿਰ ਚੱਲਦੇ ਆ ਬੱਸ ਅੱਡੇ ਤੇ ਜਾਣਾ ਪਹਿਲਾਂ ਤੂੰ। ਚਲੋ ਬਈ ਮਿਲ ਗਿਆ ਆਪਣੇ, ਹੈ ਨਾ, ਬੱਸ ਅੱਡੇ ਤੇ, ਬੱਸ ਅੱਡੇ ਤੋਂ ਬੱਸ ਫੜਦੇ ਫਿਰ ਜੇ ਸਿੱਧੀ ਸਰੈਣਾ ਕਰੀ ਮਿਲੇਗੀ ਬਈ, ਹੈ ਨਾ, ਆਪਾਂ ਨੂੰ ਮਿਲੀ ਕੋਟ ਦੀ, ਉਸ ਤੋਂ ਫਿਰ ਬਦਲਣੀ ਪਊਗੀ, ਉਸ ਤੋਂ ਆਪਣਾ ਸਰੈਣਾ ਕਰੀ ਲੈਣੀ ਪਊਗੀ। ਬਸ ਬਈ ਆ ਹੈਗਾ ਫਰੀਦਕੋਟ ਦਾ ਬੱਸ ਅੱਡਾ, ਹੈ ਨਾ ਬਈ ਪ੍ਰਿੰਸੀਪਲ, ਕਿੰਨੀ ਟਿਕਟ ਲੱਗੀ ਆਪਣੀ ਬੱਸ ਚੋਂ? ਬਈ ਫਰੀਦਕੋਟ ਲੱਗਦੀ ਆ ਕੋਟ ਚੱਕਰ 15 ਰੁਪਏ, ਹੈ ਨਾ, ਇੱਕ ਜਾਣੇ ਦੀ।
ਆਪਣੇ ਲੱਗੇ 25 ਰੁਪਏ ਦੋਨਾਂ ਦੇ ਬਈ। ਜੇ ਕਿਸੇ ਨੂੰ ਨਹੀਂ ਪਤਾ ਤਾਂ ਕਈ ਵਾਰੀ ਯਾਰ ਵੀਹ ਵੀ ਲੈ ਜਾਂਦੇ ਨਾ ਬ੍ਰਿਤਪਾਲ, ਅਤੇ ਬਾਈ 15 ਰੁਪਏ ਲੱਗਦੀ ਆ ਟਿਕਟ ਫਰੀਦਕੋਟ ਤੋਂ ਕੋਟ ਦੀ, ਅਤੇ ਕੋਟ ਤੋਂ ਲੱਗਦੀ ਆ ਗਾਂਹ ਸਰੈਣਾ ਕੁ ਫਿਕਰ 20 ਰੁਪਏ ਇੱਕ ਜਾਣੇ ਦੀ। ਹਜੇ ਵਾਹ ਮੈਲੀ ਗਈ ਹੈ ਨਿਊ ਦੀ, ਹਾਂ ਬਾਈ ਨਿਊ ਦੀ ਬੜੀ ਡੇਂਜਰਸ। ਪਹਿਲਾਂ ਕੀ ਹੋ ਗਿਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦਾ ਹੈ ਇੱਕ ਹੋਰ ਨਵੇਂ ਵਲੌਗ 'ਚ।